ਡੇਰਾਬਸੀ ਦੇ ਲਾਲੜੂ ਮੰਡੀ ਵਿਚਲੇ ਸਰਦਾਰਪੁਰਾ ਮੁਹੱਲੇ ਵਿਚ ਸਥਿਤ ਗੈਸ ਏਜੰਸੀ ਦੇ ਦਫ਼ਤਰ ਵਿਚ ਸਿਲੰਡਰਾਂ ਦੇ ਪੈਸੇ ਇਕੱਠੇ ਕਰਨ ਵਾਲੇ ਇੱਕ ਕਰਮਚਾਰੀ ਤੋਂ 1,80,000 ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦੋ ਲੁਟੇਰੇ ਪਿਸਤੌਲ ਦੀ ਨੋਕ ਤੇ ਲੁੱਟ ਨੂੰ ਅੰਜਾਮ ਦੇ ਕੇ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਤੇ ਫਰਾਰ ਹੋ ਗਏ। ਪ੍ਰਤੱਖਦਰਸ਼ੀਆਂ ਮੁਤਾਬਕ ਇਸ ਮੌਕੇ ਗਰਾਊਂਡ ਫਾਇਰਿੰਗ ਵੀ ਹੋਈ। ਸੂਚਨਾ ਮਿਲਦਿਆਂ ਹੀ ਲਾਡੂ ਡੇਰਾਬਸੀ ਪੁਲਿਸ ਤੇ ਹੋਰ ਅਧਿਕਾਰੀ ਮੌਕੇ ਤੇ ਪੁੱਜ ਗਏ ਅਤੇ ਮਾਮਲੇ ਦੀ ਜਾਂਚ ਪੜਤਾਲ ਵਿਚ ਲੱਗ ਗਏ। ਉਧਰ ਜਦੋਂ ਇਸ ਘਟਨਾ ਬਾਰੇ ਹਲਕਾ ਵਿਧਾਇਕ ਐਨ ਕੇ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿਚ ਆਮ ਜਨਤਾ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਵਿਚ ਹੈ। ਉਨ੍ਹਾਂ ਨੇ ਵੀ ਕਿਹਾ ਕਿ ਜੇਕਰ ਹਲਕਾ ਡੇਰਾਬਸੀ ਵਿਚ ਜਲਦ ਤੋਂ ਜਲਦ ਲੋਕਾਂ ਦੀ ਸੁਰੱਖਿਆ ਯਕੀਨੀ ਨਾ ਬਣਾਈ ਗਈ ਤਾਂ ਅਕਾਲੀ ਦਲ ਦੇ ਵਰਕਰ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਇਸ ਕਰਕੇ ਜਿਹੜਾ ਕ੍ਰਾਈਮ ਵਾਲੇ ਪਾਸੇ ਬਿਲਕੁਲ ਵੀ ਬੇਧਿਆਨ ਨਹੀਂ, ਗੁੰਡਾਗਰਦੀ ਜਿਹੜੀ ਉਹ ਸ਼ਰੇਆਮ ਹੋ ਰਹੀ ਹੈ। ਤੁਸੀਂ ਪਿਛਲੇ ਇੱਕ ਹਫ਼ਤੇ 'ਚ ਹੀ ਦੇਖੋ, ਲਾਲੜੂ ਦੇ ਅੰਦਰ ਡਕੈਤੀ ਹੋਈ, ਕੱਲ੍ਹ ਡੇਰਾ ਵਸੀ ਸ਼ਰੇਆਮ ਕੁੱਟਮਾਰ ਹਸਪਤਾਲ 'ਚ ਪਿਆ।